ਕਚਹਿਰੀਆਂ 'ਚ ਮੇਲੇ ਲੱਗਦੇ। ਪਰ ਕਿੱਥੇ ਰਹਿ ਗਏ ਵਕੀਲ ਸਾਹਿਬ, ਇੰਨਾ ਟਾਈਮ ਹੋ ਗਿਆ। ਓਹੋ, ਮੈਂ ਦੂਜਿਆਂ ਦੇ ਘਰੇ ਵੀ ਜਾਣਾ ਸੀਗਾ, ਉਨਾ ਟਾਈਮ ਚਾਹ ਪੀ ਲੈਣਾ। ਛੋਟੂ, ਇੱਕ ਕੱਪ ਚਾਹ ਦੇ। ਛੋਟੂ? ਆ ਮੈਂ ਛੋਟੂ ਨਹੀਂ ਆ, ਆ ਮਾਈ ਸੈਲਫ ਰਿਸਪੈਕਟਡ ਬਾਬਾ ਵਕੀਲ ਸਾਹਿਬ। ਓਏ ਛੋਟੂ, ਵਕੀਲਾਂ ਨੂੰ ਚਾਹ ਪਿਆਉਣ ਨਾਲ ਬੰਦਾ ਵਕੀਲ ਨਹੀਂ ਬਣ ਜਾਂਦਾ। ਆ ਮੈਂ ਸੱਚੀ ਵਕੀਲ ਆ, ਜਿਹੜਾ ਅੰਦਰ ਜੱਜ ਆ ਨਾ, ਜੀਜਾ ਹੈ ਮੇਰਾ। ਜਦ ਤੇਰੇ ਜੀਜਾ ਹੁੰਦੇ ਨਾ, ਤੇ ਤੇਰੀ ਚਾਹ ਦੀ ਦੁਕਾਨ ਨਾ ਹੁੰਦੀ। ਸੌਂ ਲੱਗੇ ਜਨਾਬ, ਉਹ ਜੱਜ ਜੀਜਾ ਮੇਰਾ। ਪੱਕਾ ਜੱਜ ਸਾਹਿਬ ਤੇਰਾ ਜੀਜਾ? ਹਾਂ। ਤੇਰਾ ਵਿਆਹ ਹੋ ਗਿਆ? ਨਹੀਂ। ਯਾਰ ਕਮਾਲ ਹੈ, ਫਿਰ ਤੂੰ ਕੁਆਰੇ ਫਿਰਦਾ। ਜੇ ਜੱਜ ਸਾਹਿਬ ਤੇਰੇ ਜੀਜਾ ਹੁੰਦੇ ਨਾ, ਤੇਰੇ ਦੋ ਦੋ ਵਿਆਹ ਹੋਣੇ ਸੀ। ਇੱਕ ਮਿੰਟ ਜਨਾਬ। ਓ ਮਾਮਾ, ਬੰਦਾ ਬੰਦਾ ਵੇਖ ਲਿਆ ਕਰੋ, ਉੱਠੋ। ਜਨਾਬ ਜਨਾਬ, ਆਓ ਬੈਠੋ। ਅਸੀਂ ਬਹਿ ਕੇ ਗੱਲ ਕਰਦੇ ਹਾਂ ਜਨਾਬ, ਆਰਾਮ ਨਾਲ। ਉੱਤੇ ਬੈਠੋ ਵਕੀਲ ਸਾਹਿਬ, ਉੱਤੇ ਬੈਠੋ, ਕਿੱਦਾਂ ਦੀਆਂ ਗੱਲਾਂ ਕਰ ਰਹੇ। ਵੈਸੇ ਜਨਾਬ, ਮੈਂ ਕਹਿ ਰਿਹਾ ਸੀ ਕਿ ਮੇਰਾ ਵਿਆਹ ਹੋ ਜਾਊਗਾ। ਇੱਕ ਮਿੰਟ ਫੇਸ ਇੱਧਰ ਕਰਿਓ। ਹਾਂ, ਹੋ ਜਾਏਗਾ ਜੀ। ਬਸ ਦੋ ਸੋਨੇ ਦੀਆਂ ਮੁੰਦੀਆਂ ਲੱਗਣਗੀਆਂ। ਓ ਜਨਾਬ, ਤੁਸੀਂ ਮੁੰਦਰੀਆਂ ਛੱਡੋ, ਮੈਂ ਰਾਣੀ ਹਾਰ ਬਣਵਾ ਦੂੰਗਾ। ਬਸ ਮੇਰੀ ਨਾ ਵਿਆਹ ਦੀ ਗੱਲ ਹੋ ਗਈ ਹੁਣ। ਬਸ ਤਰਗੀ ਜੀ ਤਰਗੀ, ਬਸ ਤੁਸੀਂ 1100 ਸ਼ਗਨ ਕੱਢੋ। 1100? ਆਹ ਸ਼ਗਨ ਹੁੰਦਾ ਆਪਾਂ ਕੁੜੀ ਲੱਭੀਏ? ਵੈਸੇ ਵਿਆਹ ਤੋਂ ਪਹਿਲਾਂ ਮੈਂ ਫੀਸ ਨਹੀਂ ਲੈਂਦਾ, ਇਹ ਤਾਂ ਸ਼ਗਨ ਕਰਕੇ ਲੈਣ ਲੱਗਾ, ਅਦਰਵਾਈਜ਼ ਤੁਹਾਨੂੰ ਪਤਾ ਹੀ ਹੈ। ਵੈਸੇ ਜਨਾਬ, ਤੁਸੀਂ ਨਾ ਪਹਿਲੇ ਬੰਦੇ ਹੋ ਜਿਹੜਾ ਬਾਬਾ ਵਕੀਲ ਨੂੰ ਪੈਸੇ ਦੇ ਕੇ ਨਹੀਂ ਲੈ ਕੇ ਚੱਲਾ। ਉਹ ਬਈ, ਸਾਨੂੰ ਫਿਰ ਵਿਚੋਲਾ ਕੌਣ ਕਵੇ? ਅਸੀਂ ਤਾਂ ਮੁਰਦਿਆਂ ਤੋਂ ਵੀ ਪੈਸੇ ਕਢਾ ਲੈਂਦੇ ਹਾਂ। ਬਸ ਇੱਕ ਸ਼ਰਤ ਆ। ਕਿਹੜੀ? ਮੁਰਦਾ ਕੁਵਾਰਾ ਹੋਣਾ ਚਾਹੀਦਾ। ਕੀ ਗੱਲ, ਇੰਨੇ ਗੁੱਸੇ 'ਚ ਕਿਉਂ? ਗੁੱਸੇ 'ਚ ਨਾ ਆਵਾਂ ਤਾਂ ਹੋਰ ਕੀ ਕਰਾਂ ਸਵੀਟੀ, ਸਵੇਰੇ ਸਵੇਰੇ ਵਿਚੋਲਾ ਆ ਗਿਆ ਰਿਸ਼ਤਾ ਲੈ ਕੇ। ਤੇਰੇ 'ਚ ਗੁੱਸਾ ਕਾਹਦਾ, ਇਹ ਤਾਂ ਖੁਸ਼ੀ ਵਾਲੀ ਗੱਲ ਹੈ ਨਾ। ਗੁੱਸੇ ਵਾਲੀ ਤਾਂ ਗੱਲ ਹੈ ਸਵੀਟੀ, ਇੱਕ ਤਾਂ ਕੋੜ ਕੀਲੀ ਦੀ ਸ਼ਕਲ ਵਰਗੇ ਮੁੰਡੇ ਦਾ ਰਿਸ਼ਤਾ ਲੈ ਕੇ ਆ ਗਿਆ ਮੇਰੇ ਲਈ, ਉੱਤੋਂ ਮੈਨੂੰ ਕਹਿ ਰਹੇ ਕਿ ਮੇਰੀ ਹਾਈਟ ਛੋਟੀ ਹੈ। ਵਾਟ ਦਾ ਹੈਲ, ਜੇ ਮੇਰੀ ਹਾਈਟ ਛੋਟੀ ਹੈ ਤਾਂ ਆਪ ਬਹੁਤ ਗਿੱਪੀ ਗਰੇਵਾਲ ਦਾ ਰਿਸ਼ਤਾ ਲੈ ਕੇ ਆਇਆ ਮੇਰੇ ਲਈ। ਓਹੋ, ਤੁਸੀਂ ਗੁੱਸਾ ਨਾ ਕਰੋ, ਮੈਂ ਤੁਹਾਨੂੰ ਇੱਕ ਸਲਾਹ ਦੇਵਾਂ, ਤੁਸੀਂ ਨਾ ਲਵ ਮੈਰਿਜ ਕਰਵਾ ਲਓ, ਸਭ ਤੋਂ ਵਧੀਆ। ਲਵ ਮੈਰਿਜ? ਸਵੀਟੀ, ਉਹਦੇ ਲਈ ਨਾ ਮੁੰਡਾ ਚਾਹੀਦਾ, ਖੰਬੇ ਨਾਲ ਵਿਆਹ ਨਹੀਂ ਕਰਾਉਣਾ ਮੈਂ। ਮੁੰਡਾ ਵੈਸੇ ਮੇਰੀ ਨਜ਼ਰ 'ਚ ਹੈਗਾ ਇੱਕ, ਅਤੇ ਸੋਹਣਾ ਸੁਨੱਖਾ ਵੀ ਆ। ਅੱਛਾ, ਡਾਲਰ 'ਚ ਹੀ? ਸਵੀਟੀ, ਕੁਛ ਚੱਜ ਦਾ ਨਾਮ ਲੈ ਦੇ। ਚਹਿਰੀਆਂ 'ਚ ਮੇਲੇ ਲੱਗਦੇ।